ਕੋਕਮੇ ਪੰਡਤ ਦਾ ਲੰਗ ਚੱਕਦੇ ਸਪਾ ਤੇ ਸਾਡੇ ਮੁੰਡ ਤੇ ਮਰੂੰ ਬਾ ਭੈਣ ਜੀ ਨੱਪੇ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਅੱਜ ਹੈ ਦੂਜਾ ਦਿਨ ਤੇ ਅੱਜ ਅਸੀਂ ਮੱਕੀ ਦਾ ਚਾਰ ਹੁਣ ਮੈਂ ਟਰੈਕਟਰ ਲੈ ਕੇ ਜਾਂਦਾ ਸਾਰੀ ਮਸ਼ੀਨ ਵਗ ਗਈ ਤੇ ਇੱਕ ਟਰੈਕਟਰ ਵਗ ਗਿਆ ਲੈ ਕੇ ਜਮੀਰੀ ਵਰਗੇ ਹੁਣ ਆਪਾਂ ਜਾਂਦੇ ਹਾਂ ਰੋਡ ਤੇ ਜਾਵਾਂਗੇ ਆਪਾਂ ਅਸੀਂ ਪਹੁੰਚ ਚੁੱਕੇ ਹਾਂ ਖੇਤ ਜੀ ਤੇ ਇੱਥੇ ਟਰਾਲੀ ਭਰ ਰਹੀ ਹੈ ਉਹ ਕੀ ਹੋ ਗਿਆ ਖੜਾਈ ਖੜੇ ਹਾਂ ਆ ਖੰਬੇ ਕੋਲ ਹੈ ਉਹ ਕੀ ਕਹੋ ਟਰਾਲੀ ਡਿੱਕੀ ਜਾਂਦੇ ਨੇ ਯਾਰ ਟਰਾਲੀਆਂ ਡਿੱਕੀਆਂ ਨੇ ਜੀ ਇਹ ਬਸ ਕੰਬੇ ਵੀ ਲੇਟ ਹੈ ਜੀ रोटी खा ली असी ला दे ਨਿਮਰੀ ਟਾਈਮ ਬੜੀ ਲਾਇਆ ਵੇ ਟਾਈਮ ਰੋਟੀ ਖਾਣ ਲੱਗ ਗਈ ਰੋਟੀ ਖਾਂਦੀ ਐ ਇੰਨੇ ਟਾਈਮ ਤੇ ਬੰਦਾ ਹੋਈ ਨਹੀਂ ਕਰਦਾ ਹੁੰਦਾ ਇੰਨੇ ਥੋੜੀ ਲਾਈ ਹੁੰਦਾ ਹੋਰ ਟਰਾਲੀ ਘੰਟਾ ਖੜੀ ਹੋ ਫਿਰ ਰੋਟੀਆਂ ਦੇ ਢਿੱਡ ਤੇ ਭੁੱਖ ਢਿੱਡ ਦੇ ਮਾਰੀ ਤੁਰੇ ਫਿਰਦੇ ਆ ਜੇ ਰੋਟੀ ਨਹੀਂ ਹੋਰ ਉਹ ਵੀ ਯਾਰ ਭੈਣ ਜੋ ਮੈਂ ਤੇ ਹੈ ਅਮਰੀ ਨੂੰ ਯਾਰ ਹੈ ਅਮਰੀ ਜਾ रोटी खा रहा चल गुदरे दल नहीं होता कोई गल नहीं कर करा दो इन्होंने पागल यार वो चल कि कर दे कसते कसते खड़ गया लस्सी पा दे मारते चढ़ाई यार काऊ पा दो बुढ़िया देखनी ਨਹੀਂ ਕਹਿੰਦਾ ਭੈਣ ਦੀ ਕੋਈ ਨਾਰਮਲ ਚੱਲਣਾ ਚਾਹੀਦਾ ਕੰਮ ਉਹ ਹੋਰ ਨਾ ਕੋਈ ਵਿੱਚ ਆ ਲੱਗ ਰਹਾ ਲੱਗ ਰਿਹਾ ਸਾਡੀ ਕੀ ਗੱਲ ਹੈ ਘਰਾਂ ਦਾ ਕਰੀਦਾ ਪਤਾ ਕੀ ਬੋਲਦੇ ਹਾਂ ਪਹਿਲਾਂ ਕਹੇ ਸਾਡੀ ਵੀਡੀਓ ਦੇਖਣੇ ਗਾਣਾ ਹੋਣਗੇ ਵਿੱਚ ਹਾਂ ਕੁੜੀਆਂ ਦੇਖਣੀ ਐ ਨਾ ਕਰੋ ਜੀ ਗਲਤ ਫਲਤ ਬੋਲਤਾ ਬੋਲੇ ਸੋ ਨਿਹਾਲ ਸ਼ਾਸਤਰੀ ਐ ਦਾਦ ਨੇ ਬਾਦ ਬੋਈ ਵਿੱਚ ਗਾਲ ਕੱਢਤੀ ਨਿਗਾਰਾ ਬਾਬਾ ਮਾਂ ਆ ਪੁੱਤਾ ਤੇ ਨਾ ਉੱਥੇ ਤਖਤ ਸਾਹਿਬ ਨੂੰ ਮਾਫੀ ਮੰਗ ਕੇ ਹੋਣੀ ਹੋ ਜਾਗੀ ਮੇਰੇ ਦੇਖੀ ਗੇਟਾ ਮੂਰੇ ਰੱਸੀ ਰੱਖੀ ਜਗੀ ਰਾਜਾ ਦਾ ਹਾਂ ਜਾ ਵੀ ਬਜੇ ਹੈ ट्राली खड़ गई जो मेन इधर चले गए यार पता नहीं की हो ट्राली जे मैं हूं दस जमीर जे मेरी पार्टी चल रही है ओ बाजरे दा छटके देख लो सब्बा जी बाजरे दा बैठ के देखो साइड पर पहले बक्की है जी की करना चल हुन चा भी किसे दिखाणे वीडियो अपन तो कहंदा जीरी बड के पैसे देवांगे अपन तो फ्री फंड मिल गया अपन ने करता वाह करता भैन दी पोदली किसे ने नहीं पूछ रहा तू कने कुछ हो गई चूर कट्टे हो गए अज तो अज कट्टे हो गए मत लड़नगे अब से वाह मेरे को भाई आखने देखे मेरे को भाई वो शर्ता मेरे को ए हो गया भाई
ਮੇਰੇ ਕੋਲੇ ਫਲਾਨਾ ਕੁਛ ਹੋ ਗਿਆ ਝੂਲੀ ਝੂਲੀ ਆਂਦਾ ਬਈ ਸਾਹ ਲੱਗੇ ਹੋਏ ਬਾਹ ਬੁਰਾ ਆ ਡਰਾ ਦੇ ਕਹਿੰਦੇ ਹੰਸੇ ਨੇ ਕਹੀ ਮਾਰੀ ਦੀ ਕਹਿੰਦੇ ਸਿੱਧੀ ਕੌਂਬੜ ਚ ਕਹਿੰਦੇ ਪੰਧੇਰੀ ਚਲੋ ਅੱਗੇ ਸਾਰੇ ਹੁਣੀ ਲਈ ਆਪਾਂ ਚੱਲੀਏ ਆ ਚੱਲੀਏ ਉਹ ਬਸ ਬਹੁਤ ਮੀਲ ਚੱਲੀਏ ਕੱਢਣਾ ਚਾਹ ਪੀ ਲਈ ਚਲੋ ਦੁਪਹਿਰ ਤੇ 2 ਵੱਜ ਚੁੱਕੇ ਨੇ ਜੀ ਪਾਣੀ ਲੈ ਕੇ ਆਇਆ ਫਿਰ ਕਰਦੇ ਹਾਂ ਗੱਲ ਜੀ ਬਹੁਤ ਔਖੇ ਮੱਕੀ ਨੇ ਬਹੁਤ ਔਖੇ ਕਰੇ ਪਏ ਜੀ ਬਾਈ ਬਣ ਕੇ ਥੋੜ੍ਹੇ ਟਾਈਮ ਨੂੰ ਕਰਦੇ ਹਾਂ ਗੱਲ ਠੀਕ ਹੈ ਨਾ ਤੂੰ ਮਾੜਾ ਮੋਟਾ ਦੇਖ ਲੈ ਵੀ ਤੂੰ ਡੰਡਾ ਘਰੇ ਕੱਢ ਕੇ ਆਉਂਦੇ ਨੇ ਕਿ ਕਿੱਥੇ ਕੱਢਦੇ ਹੁੰਦੇ ਨੇ ਖੇਤ ਰਿਹਾ ਮੈਂ ਘਰੇ ਡੰਡਾ ਭਾਲੀ ਜਾਂਦਾ ਵਾ ਕੌਣ ਤੇ ਰਿਹਾ ਖੇਤ ਤੂੰ ਮੈਂ ਕੋਈ ਬਿਰਲੇ ਕੋਈ ਫੋੜਤੀ ਫੋੜ ਕੱਲ ਤੂੰ ਡੰਡਾ ਕੱਢੇ ਨਹੀਂ ਮਾੜਾ ਮੋਟਾ ਦੇਖ ਤਾ ਲੋ ਬੰਦਾ ਕਿੱਥੇ ਭੱਜੇ ਫਿਰਦਾ ਵਾ ਚਾਹ ਲੈ ਕੇ ਆ ਗਏ ਨੇ ਚਾਹ ਗਈ ਕੀ ਕਹਿਣਾ ਤੂੰ ਡਿੱਗ ਪੇ ਮਰੀ ਜਾਂਦਾ ਚਟਣੀ ਪਈ ਮੜੀ ਉਧਰ ਚਟਣੀ ਯਾਰ ਚਿੱਬੜਾ ਦੀ ਚਿੱਬੜਾ ਕਿਸ ਨੇ ਸਾਡੇ ਮੁੰਡ ਤੇ ਮਰੂ ਭੈਣ ਸਹੇਲੀਆਂ ਬਣੀ ਆ ਹਾਂਜੀ ਆ ਗਿਆ ਬਸ ਆ ਜਾ ਮਿਸਤਰੀ ਆਏ ਨੇ ਮਿਸਤਰੀ ਆਏ ਨੇ ਇੱਕ ਸੀਲ ਪਾਉਣੀ ਹੈ ਕੀ ਹੋ ਗਿਆ ਸੀਲ ਪਾਉਣੀ ਹੈ ਮੜੀ ਤੇਲੀ ਗੁੰਦਾ ਵਿੱਚ ਦੀ ਅੱਜ ਮਿਸਤਰੀ ਉੱਚੀ ਦਾ ਬੋਰਡ ਬੰਦ ਕਰਨਾ ਕੀ ਹੋ ਗਿਆ ਬਈ ਉਹ ਕਹਿੰਦੇ ਸੈਨ ਦੀ ਚ ਫਰਕ ਸੀ ਮੜਾ ਸੈੱਟ ਕਰ ਦੇ ਖੜ ਜੇ ਆ ਇਹ ਟੇਡੀ ਸੀ ਮੜੀ ਯਾਰ ਲੈ ਵੀਰੇ ਲਾ ਲਈ ਕਰੀ ਬਾਪੂ ਸਟਾਰਟ ਲੀਲੀ ਤੂੰ ਕਰ ਦੇ ਥੋੜ੍ਹਾ ਟਾਈਮ ਮਸ਼ੀਨ ਖੜੀ ਹੈ ਅੱਧਾ ਘੰਟਾ ਹੋ ਗਿਆ ਇਹ ਇੱਕ ਤਾਂ ਸੀਲ ਲੀਕ ਸੀ ਆਪਣੀ ਕਢਾਈ ਕੱਢਿਆ ਆਏ ਦਿਨ ਮਾੜੇ ਭਾਪੇ ਕੋਲ ਚੜ ਗਈ ਭਾਪੇ ਕੋਲ ਚੜ ਗਈ
ਕੀ ਕਰਦਾ ਹੈ ਛੱਲੀਆਂ ਦੇ ਕਰਾਂਗਾ ਹੈ ਪੱਕਾ ਬਿਆਹ ਮੰਗੇ ਮੈਂ ਕਹਿੰਦਾ ਵੀ ਵੇਚੇਗਾ ਤੂੰ ਹੈ ਵੀ ਵੇਚੇਗਾ ਵੀ ਨਹੀਂ ਵੇਚਦਾ ਨਾ ਵੀ ਵੱਡਾ ਹਾਲ ਨਹੀਂ ਹੁੰਦਾ ਵੀ ਚ ਮਾੜਾ ਹੈ रब ने भी इधर चक ली। जहाँ पर बहुत ज़्यादा बारिश आ चुकी है, हम ट्राली के नीचे घुसे बैठे हैं देखिए, लेकिन दो हमारे बंदे चार अभी बाहर हैं लेकिन हिम्मत नहीं आ रहे। जहाँ पर हमें जज्बा देखने को मिल सकता है, लोगों की डिटर्मिनेशन देखिए कितना है, इरादा पूरा है कि अचार डाल के जाना है। देखिए बंदे घुसे पड़े हैं लेकिन चार हमारा पड़ रहा है। हमारी हिंदी थोड़ी सी कमज़ोर है, माफ़ कीजिए। देखिए आशा आशा भाग रहा है पूरी तरह से, जमेरी बैठा है। देखिए कोई कमी महसूस हो रही है आपको किसी चीज़ की? नहीं, बारिश हमारी किसी भी चीज़ में खल नहीं डाल सकती, ये हमारा इरादा था। ट्राली के मैं बाहर आ चुका हूँ, मैं कोशिश करूंगा कि मैं अपने दोस्तों को भी बाहर लेके आऊं। दर्शकों को देखना है आपको। अभी बात करके हटा था कि हमें बारिश में कुछ नहीं कर पाई, लेकिन देखिए हमारा एक ट्रैक्टर वहां रुक चुका है बारिश की वजह से, और दूसरा भी जहां रुक चुका है अभी बारिश। हम जहां से पता चलता है कि कुदरत के आगे इंसान कुछ नहीं कर सकता। देखिए हमारे चारों के चारों दोस्त यहां पर छुपे पड़े बैठे हैं, लाइक जैसे मुर्गियों अपने खुट्टे में छुप जाती हैं बारिश को देख के। देखिए ट्राली के नीचे छुपे बैठे हैं जमेरी बैठा है जमेर। ये देखिए, ये मत मारना यार, मेरा फोन है, क्या कर रहे हो तुम? यहाँ पर कुछ लोगों के द्वारा बद्दी शब्दावली बरती जा चुकी है जिसका हम कड़े शब्दों में विरोध करते हैं। देखिए बारिश में पूरी तरह से घेर रखा है, ना कोई आस पास कोठा है, लेकिन हम फिर भी आपको लाइव समाचार दिखा रहे हैं। हम अपनी जिंदगी के लाइफ को कष्ट में डालकर आपको लाइव समाचार दे रहे हैं। देखिए मक्की के लिए ये बारिश अच्छी है या बुरी है, जी आप हमें कमेंट करके बताइए प्लीज।